ਦਾਦਾ ਜੀ ਤੁਹਾਨੂੰ ਪਤਾ ਚੀਮਾ ਫੈਮਿਲੀ ਸੀ ਤੇ ਲੜਾਈਆਂ ਝਗੜੇ ਬਹੁਤ, ਮਤਲਬ ਮੇਲਿਆਂ ਤੇ ਇਧਰ ਉਧਰ ਉਹਨਾਂ ਜਾਣਾ ਤੇ ਫਿਰ ਨਾਲ ਉਹਨਾਂ ਨੇ ਦਬਕੇ ਲਈ ਰੱਖਿਆ ਸੀ ਉਹ ਅਸੀਂ ਦਬਕੇ ਲਈ ਉਹਦੀ ਖੱਲ ਲਾ ਕੇ ਨਾ ਵਿੱਚ ਵੜ ਕੇ ਮੰਗਦੇ ਸੀ ਸ਼ੇਰ ਦੀ ਖੱਲ ਪਾ ਕੇ ਨਾ ਤੇ ਪਿੰਡ ਵੱਲੋਂ ਡਰਾ ਕੇ ਉਹਨਾਂ ਕੋਲ ਪੈਸੇ ਖੋਂਦੇ ਸੀ ਫੈਸਲ ਦੇ ਹਾਥੀ ਰੱਖੇ ਘਰ ਕਿੰਨੇ ਫੈਸਲ ਨੇ ਆਹੋ ਹਾਥੀ ਰੱਖੇ ਮੂੰਹ ਐਵੇਂ ਮਿੱਧਿਆ ਗਿਆ ਹਾਂ ਅਗਲ ਹੋਇਆ ਤੂੰ ਦਾਦੇ ਦੇ ਘਰ ਰੋਜ਼ ਮੁੰਡੇ ਆਉਂਦੇ ਸੀ ਕਿ ਭਾਜੀ ਤੁਹਾਡੇ ਸ਼ੇਰ ਨੇ ਢੁੱਡ ਮਾਰੀ ਸਾਡੇ ਉਹ ਕਿਹੜਾ ਸ਼ੇਰ ਆ ਜਿਹੜਾ ਗੇਂਦ ਵੀ ਚੁੱਕ ਲਿਆਉਂਦਾ ਮੈਨੂੰ ਯਾਰ ਬਸ ਨਹੀਂ ਨਾ ਪਤਾ ਹੈਗਾ ਮੈਂ ਤੈਨੂੰ ਇਸੇ ਦਿਨ ਮੈਂ ਕਹਿੰਦਾ ਤੇਰੇ ਕੱਪੜੇ ਨਹੀਂ ਚੰਗੇ ਤੈਨੂੰ ਕੀ ਕਵਾਂ ਮੈਨੂੰ ਦੱਸ ਜੀ ਉਹ ਫਿਰ ਉਹ ਜਦੋਂ ਮੁੰਡੇ ਦੀ ਬਾਂਹ ਖਾ ਗਏ ਨਾ ਉਸ ਤੋਂ ਬਾਅਦ ਫਿਰ ਬੜਾ ਉਹਦੇ ਤੋਂ ਡਰ ਲੱਗਣ ਲੱਗ ਪਿਆ ਭਾਈ ਜਦੋਂ ਤੁਸੀਂ ਕੁਝ ਪਾਣਾ ਹੀ ਨਹੀਂ ਉਹਨੇ ਫਿਰ ਲੋਕਾਂ ਦੀਆਂ ਬਾਰਾਂ ਤੇਰਾਂ ਦਿਨ ਕੁਛ ਪਾਉਂਦੇ ਨੀ ਬਾਅਦ ਚੋਂ ਉਹਨੂੰ ਮਾਲ ਟੇਕਵਾਉਂਦੇ ਰਹਿੰਦੇ ਕੇਲੇ ਤਾਕਤ ਬਣਾ ਇੱਕ ਦਿਨ ਭਾਜੀ ਚੋਰ ਆ ਗਏ ਘਰ ਓਏ ਹੋਏ ਹੋਏ ਚੋਰ ਆ ਗਏ ਤੇ ਉਸਤਾਦ ਜੀ ਜਦੋਂ ਪਤਾ ਲੱਗਿਆ ਨਾ ਸ਼ੇਰ ਨੂੰ ਅੰਦਰੋਂ ਕਿ ਚੋਰ ਵੜ ਆਏ ਆ ਕਿਸੇ ਨੇ ਕਹਿ ਦਿੱਤਾ ਵੀ ਚੋਰ ਆ ਗਏ ਸ਼ੇਰ ਨੇ ਅੱਜ ਪਹਿਲੇ ਸਿਗਰਟ ਭਜਾਇਆ ਅੱਛਾ ਉਹਨੂੰ ਪਤਾ ਲੱਗ ਗਿਆ ਵੀ ਚੋਰ ਆ ਗਏ ਚੋਰ ਆ ਗਏ ਆ ਸ਼ਾਹ ਜੀ ਉਹ ਨੱਸ ਕੇ ਪੇਟੀ ਦੇ ਥੱਲੇ ਲੁਕਿਆ ਅਗਲੇ ਦਿਨ ਦੁਪਹਿਰੇ 12 ਵਜੇ ਨਿਕਲਿਆ ਬਾਹਰ ਉਹਨਾਂ ਨੇ ਕਿਤੇ ਫੈਰ ਕੱਢ ਦਿੱਤਾ ਚੋਰ ਵੇਖੇ ਨੇ ਸ਼ੇਰ ਨੇ ਨਸਾ ਕਰਨ ਦੁਕਾਨ ਤੇ ਸੈਵਨ ਅਪ ਲੈਣ ਯਾਰ ਇਹਦੇ ਘਰ ਚੋਰ ਆਏ ਸ਼ੇਰ ਨੇ ਵੇਖਿਆ ਇਹਨਾਂ ਕੋਲ ਪਿਸਤੌਲ ਵੀ ਆ ਉਹਨੇ ਇਹਦੀ ਬੁੱਢੀ ਦਾ ਬੁਰਕਾ ਪਾ ਕੇ ਬਹਿ ਗਿਆ ਨੁੱਕਰ ਦੇ ਵਿੱਚ ਸ਼ੇਰ ਨੇ ਪਿੰਜਰਾ ਜਿਹੜਾ ਫਿਰ ਇੰਜ ਪੜ ਕੇ ਖੋਲਿਆ ਆਹੋ ਫਿਰ ਬਾਹਰ ਆ ਕੇ ਉਹਨੇ ਬਾਅਦ ਚ ਬੰਦ ਕਰਕੇ ਤਾਲਾ ਵੀ ਅੰਦਰੋਂ ਇੰਜ ਲਾਇਆ ਉਹ ਜਦੋਂ ਬਾਹਰ ਨਿਕਲਿਆ ਉਹਨੇ ਪਹਿਲਾ ਚੋਰ ਫੜ ਕੇ ਉਹਨੇ ਢਾਲਿਆ ਉਹਨੇ ਚਪੇੜਾਂ ਚਪੂਰਾਂ ਮਾਰੀਆਂ ਨੌਂਦਰਾਂ ਬੜੀਆਂ ਮਾਰੀਆਂ ਮਾਰਿਆ ਨਹੀਂ ਜਾਨੋ ਨਹੀਂ ਮਾਰਿਆ ਨੌਂਦਰਾਂ ਮਾਰੀਆਂ ਬੜਾ ਰੋਇਆ ਫਿਰ ਚੋਰ ਫਿਰ ਉਹਨੇ ਮਗਰੋਂ ਫਿਰ ਫੋਨ ਕੀਤਾ ਹੋਰ ਫੋਰਸ ਮੰਗਾਈ ਸ਼ੇਰ ਨੇ ਭਾਈ ਸਾਰੇ ਬੰਨ ਲਏ ਉੱਥੇ ਅਸੀਂ ਅੰਦਰ ਕਮਰਿਆਂ ਚ ਉੱਤੇ ਸਰਦੀਆਂ ਦੇ ਦਿਨ ਤੇ ਉਹਨੇ ਸਾਰੇ ਬੰਨ ਲਏ ਭਾਈ ਉੱਥੇ ਘਰ ਕਿੰਨੇ ਜਾਣਾ ਤੂੰ ਅੱਜ ਮੈਂ ਕਹਿੰਦਾ ਸ਼ੋਅ ਕਰਕੇ ਵੇਖਣਾ ਨਿਕਲਦਾ ਕਿੱਦਾਂ ਆਹੋ ਯਾਰ